اپنی ਮੱਝ ਤੇ ਅੱਜ ਤੱਕ ਚਿਚੜੀ ਨਹੀਂ ਪਈ ਆਪਾਂ ਵਰਤਦੇ ਆ ਇਹ 2-3 ਸਾਲਾਂ ਤੋਂ ਇੱਕ ਵੀ ਮੱਖੀ ਹੋਵੇ ਜਾਂ ਇੱਕ ਵੀ ਕੋਈ ਚਿਚੜੀ ਹੋਵੇ ਦੇਖੋ ਜੰਨਿਆ ਇਹਦੇ ਇੱਕ ਵਾਰੀ ਲਾ ਕੇ ਬਸ ਮੈਂ ਸੰਖਰਾ ਦੋ ਮੁੜ ਕੇ ਲੋੜ ਨਹੀਂ ਪੈਂਦੀ ਤੇ ਇੱਕ ਹਾਂਜੀ ਦੋਸਤੋ ਅੱਜ ਦੀ ਵੀਡੀਓ ਬਈ ਡੈਰੀ ਫਾਰਮਾਂ ਤੇ ਪਸ਼ੂ ਪਾਲਕ ਕਿਸਾਨਾਂ ਲਈ ਹੈ ਜਿਹੜੇ ਉਹ ਮਤਲਬ ਬਹੁਤ ਵੱਡੀ ਸਮੱਸਿਆ ਤੋਂ ਜੂਝ ਰਹੇ ਨੇ ਉਹ ਸਮੱਸਿਆ ਦਾ ਅੱਜ ਤੱਕ ਬਈ ਕੋਈ ਹੱਲ ਮਿਲਿਆ ਨਹੀਂ ਪਰ ਆਪਾਂ ਉਹਦਾ ਹੱਲ ਲੈ ਕੇ ਆਏ ਜਿਹੜੀ ਸਮੱਸਿਆ ਮੱਖੀਆਂ ਦੀ ਮੱਝਾਂ ਨੂੰ ਮੱਖੀਆਂ ਦਾ ਮਤਲਬ ਬਹੁਤ ਪਰੇਸ਼ਾਨ ਕਰਦੀਆਂ ਦੁੱਧ ਵੀ ਘਟ ਜਾਂਦੀ ਉਹਦੇ ਕਰਕੇ ਬਈ ਤੇ ਬਿਮਾਰ ਵੀ ਹੋ ਜਾਂਦੀਆਂ ਨੇ ਪਰ ਆਪਣੀ ਮੱਤ ਤੇ ਦੇਖ ਲੋ ਬਈ ਇੱਕ ਵੀ ਮੱਖੀ ਤੁਹਾਨੂੰ ਦਿਸ ਗਈ ਜ਼ਿੰਮੇਵਾਰੀ ਹੈ ਇੱਕ ਵੀ ਜੇ ਚਿਚੜੀ ਦਸੀ ਤਾਂ ਵੀ ਜ਼ਿੰਮੇਵਾਰੀ ਹੈ ਇਹਦਾ ਆਪਾਂ ਹੱਲ ਵੀ ਦੱਸਾਂਗੇ ਪਹਿਲਾਂ ਤੁਸੀਂ ਦੇਖੋ ਬਈ ਇੱਕ ਵੀ ਮੱਖੀ ਹੋਵੇ ਜਾਂ ਇੱਕ ਵੀ ਕੋਈ ਚਿਚੜੀ ਹੋਵੇ ਦੇਖੋ ਇਹ ਬਹੁਤ ਬਈ ਸਸਤਾ ਇਲਾਜ ਹੈ ਸਾਲ ਭਰ ਤੁਹਾਡਾ ਮਤਲਬ ਕਿ ਜਿੰਨਾ ਟਾਈਮ ਗਰਮੀਆਂ ਮੱਛਰ ਹੁੰਦਾ ਹਾਂ ਹਾਂ ਸਰਪਸ 100 ਰੁਪਏ ਚ ਸਾਰਾ ਸੀਜ਼ਨ ਟੱਪ ਜਾ ਮੱਛਰ ਮੱਖੀ ਤੇ ਚਿਚੜੀ ਇਹ ਸਾਰਿਆਂ ਦਾ ਇਲਾਜ ਹੈ ਉਹ ਇਲਾਜ ਇੱਕ ਬਈ ਛੋਟਾ ਟੁਕੜਾ ਦਿਖਾ ਬਈ ਜਿਹੜਾ ਅਸੀਂ ਬਈ ਰੋਜ਼ ਮੱਜਾਂ ਦੇ ਸਵੇਰੇ ਮਤਲਬ ਨਮਾ ਕੇ ਵਰਤਦੇ ਆ ਉਹ ਚੀਜ਼ ਤੁਸੀਂ ਵੀ ਉਹ ਚੀਜ਼ ਵਰਤ ਸਕਦੇ ਹੋ ਦਿਖਾ ਬਈ ਆ ਇੱਕ ਸਾਬਣ ਹੈ ਬਈ ਇਹਦੇ ਉੱਤੇ ਫੋਟੋ ਲਾ ਦਾਂਗੇ ਇਹਦੇ ਪੋਸਟਰ ਜੀ ਇਹਦੀ ਤੇ ਤੁਸੀਂ ਇਹ ਸਾਬਣ ਮਤਲਬ ਕਿਸੇ ਵੀ ਮੈਡੀਕਲ ਤੋਂ ਜਾ ਕੇ ਲੈ ਸਕਦੇ ਹੋ ਇਹਦਾ ਮਤਲਬ ਕਿ ਕੋਈ ਰੈਕਸ਼ਨ ਨਹੀਂ ਜੇ ਤੁਸੀਂ ਸਹੀ ਢੰਗ ਨਾਲ ਵਰਤੋ ਸਹੀ ਢੰਗ ਇਹਦਾ ਇਹ ਹੈ ਪਹਿਲਾਂ ਮੱਜ ਨੂੰ ਨਮਾਉਣਾ ਪੈਂਦਾ ਫਿਰ ਉਹਤੇ ਸਾਬਣ ਘਸਾ ਕੇ ਬਈ ਸਾਰੇ ਪਿੰਡੇ ਤੇ ਘਸਾ ਕੇ ਉਸ ਤੋਂ ਬਾਅਦ 10 ਮਿੰਟਾਂ ਵੱਧੋ-ਵੱਧ 10 ਮਿੰਟਾਂ ਤੁਸੀਂ ਮਤਲਬ ਸਾਬਣ ਰੱਖਣੀ ਐ। ਉਸ ਤੋਂ ਬਾਅਦ ਫੇਰ ਮੱਝ ਨਮਾਉਣੀ ਚੰਗੀ ਤਰ੍ਹਾਂ ਨਮਾਉਣੀ ਐ ਜੇ ਤੁਸੀਂ ਮੱਝ ਚੰਗੀ ਤਰ੍ਹਾਂ ਨਾ ਨਮਾਈ ਬਈ ਤਾਂ ਰਿਐਕਸ਼ਨ ਵੀ ਹੋ ਸਕਦਾ ਹੈ ਕਿਉਂਕਿ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਵੀ ਸਹੀ ਢੰਗ ਨਾਲ ਜੇ ਤੁਸੀਂ ਵਰਤੋਗੇ ਤਾਂ ਇਹ ਬਹੁਤ ਵੱਡਾ ਫਰਦਾਨ ਹੈ। ਇੱਕ ਵੀ ਮੱਖੀ ਨਹੀਂ ਬਈ ਦੇਖੋ। ਇੱਕ ਵੀ ਮੱਖੀ ਦਿਖਾ ਦਿਓ। ਜੇ ਕੋਈ ਮਤਲਬ ਕਿ ਸਾਬਣ ਜਿਹੜਾ ਪਦੂਜਤ ਵਰਤਦੇ ਆ ਘਰਾਂ 'ਚ ਹਰ ਇੱਕ ਬਹੁਤ ਵੀਡੀਓ ਦੇਖੀ ਆ ਨੇ ਕਹਿੰਦੇ ਡੀਜ਼ਲ ਆ। ਮੈਨੂੰ ਕੀ ਕੀ ਸਮਾਨ ਹੁੰਦਾ ਨਾ ਉਹ ਕਪੂਰ ਦੀ ਟਿੱਕੀ ਉਹਦੇ ਨਾਲ ਬਈ ਕਿਤੇ ਕਿਸੇ ਕਿਸੇ ਦੀ ਮੱਜਾਂ ਤੋਂ ਜਿਹੜੀ ਮੱਖੀ ਆ ਦੂਰ ਹੁੰਦੀ ਹੈ ਹਰਕ ਦੀ ਮੱਜਾਂ ਤੋਂ ਅਸੀਂ ਵਰਤੇ ਸੀ ਉਹ ਤਰੀਕਾ ਪਰ ਉਹ ਸਾਡੇ ਮਤਲਬ ਕੰਮ ਨਹੀਂ ਕਰਿਆ ਤਾਂ ਅਸੀਂ ਇਹ ਸਾਬਣ ਲੈ ਕੇ ਆਏ ਬਈ ਇਹ ਯਾਰ ਪੂਰੀ ਸਹੀ ਹੈ ਬਾਕੀ ਇਨਹੇ ਚੇਤਲਾ ਦੇ ਲੋੜ ਨਹੀਂ ਸਾਬਣ ਵਧੀਆ ਹਾਂ ਬਈ ਬਾਕੀ ਹਾਂ ਉਹ ਤੇ ਆਪ ਨੂੰ ਖੇਚਲਾ ਕਰਨੀ ਮੈਂ ਸਾਰਾ ਦਿਨ ਸਪਰੇਅ ਮਾਰੀ ਜਾਂਦੇ ਆ ਇਹਦੇ ਇੱਕ ਵਾਰੀ ਲਾ ਕੇ ਬੱਸ ਮੈਂ ਸਾਂ ਖੜਾ ਦੋ ਮੁੜ ਕੇ ਲੋੜ ਨਹੀਂ ਪੈਂਦੀ ਤੇ ਇੱਕ ਦੂਜੀ ਗੱਲ ਬਈ ਚਾਹੇ ਤੁਸੀਂ ਲੱਖ ਦੀ ਦਵਾਈ ਵਰਤ ਲਓ ਚਾਹੇ 2 ਲੱਖ ਦੀ ਵਰਤ ਲਓ ਜੇ ਤੁਹਾਡੇ ਆ ਚੀਜ਼ ਨਾ ਹੋਊਗੀ ਸਹੀ ਤਾਂ ਤੁਹਾਡੇ ਮੱਖੀਆਂ ਆਉਣਗੀਆਂ ਆਉਣਗੀਆਂ ਪਹਿਲੀ ਗੱਲ ਪਲਾਸਟਰ ਹੋਣੀ ਚਾਹੀਦੀ ਸਾਰੀ ਜਗ੍ਹਾ ਮਤਲਬ ਕਿ ਜੇ ਕੱਚਾ ਵੀ ਇੱਕ ਥੱਲੇ ਕੱਚਾ ਕੋਈ ਚੱਕਰ ਨਹੀਂ ਪਰ ਬਰਲਾ ਨਹੀਂ ਹੋਣੀ ਚਾਹੀਦੀ ਗੰਦਾ ਚ ਦੂਜੀ ਗੱਲ ਜਿਹੜੀ ਆਪਾਂ ਖਾਲ ਪਿਉਂਦੇ ਇਹਨਾਂ ਲਈ ਸਰੋਂ ਦੀ ਜਾਂ ਬਿੜੇਮਿਆਂ ਦੀ ਉਹਨਾਂ ਨੂੰ ਕਿਸੇ ਬੰਦ ਕਾਂ ਉਹ ਚ ਰੱਖੋ ਕਿਸੇ ਵੀ ਤੁਹਾਡੇ ਸਟੋਰ ਹੋਊਗਾ ਕੁਝ ਵੀ ਹੋਊਗਾ ਹਾਂ ਉਹਨੂੰ ਜਾਲੀ ਜੂਲੀ ਚ ਰੱਖੋ ਕਿਉਂਕਿ ਘੱਟੋ ਘੱਟ ਆਪਾਂ ਦੇਖੀਏ ਵੀ ਖਾਲ ਉੱਤੇ ਦੋ ਢਾਈ ਸੌ ਮੱਖੀ ਇੱਕ ਬਾਲਟੀ ਦੁੱਤੀ ਫਿਰਦੀ ਰਹਿੰਦੀ ਹੈ ਫਿਰ ਉਹ ਮੱਖੀ ਤੁਹਾਡੀ ਇੱਥੇ ਹੀ ਆਉਣੇ ਚਾਹੀਏ ਫਿਰ ਕਿ ਲੱਖ ਦੀ ਦਵਾਈ ਵਰਤੋ ਚਾਹੇ 2 ਲੱਖ ਦੀ ਵਰਤ ਲਓ ਜੇ ਤੁਸੀਂ ਕਹੋਏ ਬਈ ਆਪਾਂ ਇਹ ਵਰਤ ਕੇ ਦਿਖਾ ਦਾਂਗੇ ਅਗਲੀ ਵੀਡੀਓ ਪਾ ਦਾਂਗੇ ਜੇ ਕਿਸੇ ਵੀਰ ਨੇ ਦੇਖਣਾ ਹੈ ਵੀ ਕਿਵੇਂ ਵਰਤਣੀਆਂ ਤਾਂ ਕਮੈਂਟ ਕਰ ਦਿਓ ਉਹਨਾਂ ਨੂੰ ਆਪਾਂ ਦੱਸ ਦਾਂਗੇ ਬਾਕੀ ਕੋਲੇ ਪਾਣੀ ਨਾ ਖੜਾ ਹੋਵੇ ਗਿੱਲਾ ਨਾ ਹੋਵੇ ਗਿੱਲੇ ਹਾਂ ਦੂਜੀ ਗੱਲ ਵੀ ਪਾਣੀ ਨਾ ਹੋਵੇ ਦੇਖੋ ਫालतू ਪਾਣੀ ਨਾ ਡੋਲੋ ਤੇ ਮਤਲਬ ਕਿ ਨਮਾਓ ਇਹਨਾਂ ਨੂੰ ਬਈ ਪਰੇ ਜਿੱਥੇ ਆਪਾਂ ਇੱਥੇ ਨਿਵਾਣਦੇ ਨੇ ਕਈ ਵੀਰ ਜਿੱਥੇ ਮੱਜਾਂ ਬੰਨੀ ਹੁੰਦੀਆਂ ਨੇ ਉਹਨਾਂ ਨੂੰ ਪਰੇ ਨਿਵਾਓ ਜਿਆਦਾ ਮਤਲਬ ਜਿਹੜੀ ਜਗ੍ਹਾ ਨਹੀਂ ਤਾਂ ਗਲੀ ਗੁਲੀ 'ਚ ਨਿਵਾਓ ਬਈ ਕਿਉਂਕਿ ਉਰੇ ਪਾਣੀ ਖੜਦਾ ਤਾਂ ਉੱਥੇ ਬਈ ਮੱਛਰ ਮੱਖੀ ਆਉਂਦਾ ਆਪਣੀ ਮੱਝ ਤੇ ਅੱਜ ਤੱਕ ਚਚੜੀ ਨਹੀਂ ਪਈ ਆਪਾਂ ਵਰਤਦੇ ਆ ਇਹ 2-3 ਸਾਲਾਂ ਤੋਂ ਇਹ ਸਾਬਣ ਅਸੀਂ ਪਹਿਲਾਂ ਮਿੱਟੀ ਵਾਲੇ ਦੇ ਵਰਤ ਕੇ ਦੇਖਿਆ ਸੀਗਾ ਉਹਨੇ ਕੰਮ ਨਹੀਂ ਕੀਤਾ ਪਰ ਇਹ ਬਈ ਜਮਾ ਤਰੀਕਾ ਕਾਰੀਗਰ ਹੈ ਇਹ ਤਰੀਕਾ ਵਰਤੋ ਸਾਰੇ ਹਾਂਜੀ ਦੋਸਤੋ ਇੱਕ ਸਮੱਸਿਆ ਹੋਰ ਆਦੀ ਹੈ ਬਈ ਮੱਝਾਂ 'ਚ ਗਾਵਾਂ 'ਚ ਜ਼ਿਆਦਾ ਆ ਰਹੀ ਹੈ ਉਹ ਕਿਉਂਕਿ ਗਾਵਾਂ 'ਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਉਹਦੇ ਕਾਰਨ ਉਹ ਸਮੱਸਿਆ ਹੈਗੀ ਜਿਹੜੀ ਆਪਣੀ ਨਵੀਂ ਤੂੜੀ ਹੈ ਉਹਦੇ ਵਿੱਚ ਰੇਤਾ ਜ਼ਿਆਦਾ ਹੈ ਬਈ ਤਾਂ ਕਰਕੇ ਮੱਝਾਂ ਦੇ ਬੰਨ ਪੈ ਰਹੇ ਜਾਂ ਗਾਵਾਂ ਜ਼ਿਆਦਾ ਬਿਮਾਰ ਹੋਦੀਆਂ ਨੇ ਪੰਜ ਛੇ ਗਾਵਾਂ ਜਿਹੜੀਆਂ ਆਪਣੇ ਬਿਮਾਰ ਹੋ ਗਿਆ ہزار ਦੋਸਤ ਦੀਆਂ ਤੇ ਉਹਦਾ ਹੱਲ ਲੈ ਕੇ ਆਵਾਂ ਮੈਂ ਭਾ ਅਗਲੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਉਹ ਵੀਡੀਓ ਚਾਹੀਦੀ ਤਾਂ ਕਮੈਂਟਾਂ 'ਚ ਦੱਸੋ ਦੋਸਤੋ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਹੋਰ ਵੀ ਇਹਨਾਂ ਨੂੰ ਜਿਨ੍ਹਾਂ ਨੂੰ ਮਤਲਬ ਕਿ ਇਹ ਪ੍ਰੋਬਲਮ ਹੁੰਦੀ ਹੈ ਮੱਖੀਆਂ ਦੀ ਉਹਨਾਂ ਦਾ ਵੀਡੀਓ ਭੇਜਾ ਦਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ